ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਨ ਜੀ ਆਇਆਂ ਨੂੰ ਫੈਕਟਰੀ ਚ ਅੱਗ ਲੱਗਣ ਦੇ ਮਾਮਲੇ ਚ ਮੈਜਿਸਟ੍ਰੇਟ ਨੇ ਜਾਂਚ ਦੇ ਦਿੱਤੇ ਹੁਕਮ ਤਿੰਨ ਦੀ ਹੋਈ ਸੀ ਮੌਤ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਥਾਨਕ ਸਿਵਲ ਲਾਈਨ ਲੱਕੜਪੁੱਲ ਨੇੜੇ ਹੋਜ਼ਰੀ ਫੈਕਟਰੀ ਗਣੇਸ਼ ਟ੍ਰੇਨਿੰਗ ਕੰਪਨੀ ਨੂੰ ਅੱਗ ਲੱਗਣ ਦੇ ਮਾਮਲੇ ਦੀ ਮੈਜਿਸਟ੍ਰੇਟ ਅਨੁਸਾਰ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਹਜੇ ਤੱਕ ਮੋਤਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਦੂਜੇ ਪਾਸੇ ਹਸਤਾਲ ਤੋਂ ਜ਼ੇਰੇਲਾਜ ਵਿਅਕਤੀਆਂ ਦੇ ਰਿਸ਼ਤੇਦਾਰ ਹੋਣ ਦਾ ਦਾਵਾ ਕਰਨ ਵਾਲੇ ਲੋਕ ਪੀੜਤਾਂ ਦੇ ਇਲਾਜ ਦੀ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਮੌਇਨਾ ਕਰਨ ਮੌਕੇ ਤੇ ਪਹੁੰਚੀ ਐਸ ਡੀ ਐਮ ਸਵਾਤੀ ਟਿਵਾਣਾ ਨੇ ਕਿਹਾ ਹੈ ਕਿ ਫੈਕਟਰੀ ਵੱਲੋਂ ਕੰਪਨੀ ਐਕਟ ਦੀ ਪਾਲਣਾ ਕੀਤੀ ਜਾ ਰਹੀ ਸੀ ਜਾਂ ਨਹੀਂ ਇਸ ਦੀ ਮੈਜਿਸਟ੍ਰੇਟ ਜਾਣਦੇ ਹੁਕਮ ਦਿੱਤੇ ਜਾਣ। ਜਦੋਂ ਉਹਨਾਂ ਨੇ ਇਸ ਹਾਦਸੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਦੀ ਘਟਕੁਸ਼ ਨਹੀਂ ਕੀਤੀ ਤੇ ਕਿਹਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾਏਗਾ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ਬਾਰੇ ਉਹਨਾਂ ਕਹੇ ਹੈ ਕਿ ਕੰਪਨੀ ਇੱਕ ਤਾਇਤਾ ਇਸ ਸੰਬੰਧੀ ਜਿਹਾ ਨਿਯਮ ਦੱਸੇ ਜਾਣਗੇ ਤੇ ਉਹਨਾਂ ਦੀ ਪਾਲਣਾ ਜਿਹਾ ਕੀਤੀ ਜਾਵੇ ਤੁਹਾਡੇ ਕੀ ਵਿਚਾਰ ਨੇ ਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ